ਨਾਲ ਇਸ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਟਲ ਜੁੜ ਰਹੇ ਨੇ। ਪਟਲ ਜੀ ਸਵਾਗਤ ਹੈ ਨਿਊਜ਼ 8 ਪੰਜਾਬ ਦੇ ਉੱਪਰ। ਤਾਂ ਪ੍ਰਿਯੰਕਾ ਗਾਂਧੀ ਦੇ ਵੱਲੋਂ ਅੱਜ ਔਰਤਾਂ ਦੇ ਹੱਕ ਦੇ ਵਿੱਚ ਔਰਤਾਂ ਨੂੰ ਹੋਰ ਬਲ ਪ੍ਰਦਾਨ ਕਰਦੇ ਹੋਏ ਇੱਕ ਅਹਿਮ ਐਲਾਨ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਕਿ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਯੂਪੀ ਦੇ ਵਿੱਚ 40% ਜਿਹੜੀਆਂ ਟਿਕਟਾਂ ਨੇ ਉਹ ਮਹਿਲਾਵਾਂ ਨੂੰ ਦੇਣਗੀ ਕਾਂਗਰਸ ਪਾਰਟੀ। ਉਹਨਾਂ ਨੇ ਫੈਸਲਾ ਲਿਆ ਔਰ ਉਹਨਾਂ ਨੇ ਇੱਕ ਹਿਸਟਰੀ ਰਿਪੀਟ ਕਰਤੀ ਹੈ। ਇਹਨਾਂ ਦੇ ਮਾਨਯੋਗ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਵੀ ਪਹਿਲੀ ਵਾਰ 25% ਔਰਤਾਂ ਨੂੰ 1972 ਵਿੱਚ ਲੈਣ ਦਾ ਫੈਸਲਾ ਕੀਤਾ ਸੀ। ਇਹ ਵੀ ਜਿਹੜਾ ਇਹਨਾਂ ਨੇ ਵੱਡੀ ਯੂਪੀ ਸਟੇਟ ਆ ਕੀਤੀ ਹੈ। ਪ੍ਰਿਯੰਕਾ ਜੀ ਦਾ ਬਾਅਦ ਤਾਰੀਫੇ ਯੋਗ ਇਹ ਫੈਸਲਾ ਹੈਗਾ, ਸਾਨੂੰ ਬੜੀ ਖੁਸ਼ੀ ਹੈ। ਔਰ ਸੋਨੀਆ ਜੀ ਨੇ ਵੀ ਆਪਣੀ ਸਾਡੀ ਪਾਰਟੀ ਆਰਗੇਨਾਈਜੇਸ਼ਨ ਵਾਲੇ ਪਾਸੇ 30% ਦਾ ਕੀਤਾ ਸੀ ਉਦੋਂ ਤੇ ਪਾਸ ਵੀ ਕੀਤਾ ਸੀ ਉਹਨੇ ਅਫਸਰ ਚੋਂ। ਇਹ ਗਾਂਧੀ ਪਰਿਵਾਰ ਹੈ ਜਿਹਨਾਂ ਨੇ ਪਹਿਲਾਂ ਤੋਂ ਲੈ ਕੇ ਸਾਰੇ ਵਰਗਾਂ ਦਾ ਜੂਸ ਦਾ ਵੀ ਲੇਡੀ ਦਾ ਧਿਆਨ ਕੀਤਾ। ਮੈਂ ਇਹਦੀ ਬਹੁਤ ਪ੍ਰਸ਼ੰਸਾ ਕਰਦੀ ਹਾਂ, ਬਹੁਤ ਤਾਰੀਫ ਕੀਤੀ ਜਾਵੇ ਜਿੰਨੀ ਉਹਦੀ ਥੋੜੀ ਹੈ। ਪਰ ਪੱਠੇ ਦੂਸਰੇ ਪਾਸੇ ਅਗਰ ਜ਼ਿਕਰ ਕੀਤਾ ਜਾਵੇ ਤਾਂ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਚੋਣਾਂ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਐਲਾਨ ਕੀਤਾ ਗਿਆ ਯੂਪੀ ਦੇ ਵਿੱਚ, ਤਾਂ ਲੱਗ ਰਿਹਾ ਕਿ ਇਸ ਚੀਜ਼ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਹੋਊਗਾ। ਔਰ ਪੰਜਾਬ ਦੇ ਵਿੱਚ ਵੀ ਜਿਹੜਾ ਆਪਣੇ ਕਹਿ ਲਈਏ ਕਿ ਪਰਸੈਂਟੇਜ ਆ ਔਰਤਾਂ ਨੂੰ ਟਿਕਟਾਂ ਦੇਣ ਦੀ, ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਜ਼ਾਫਾ ਕੀਤਾ ਜਾਵੇਗਾ, ਜ਼ਰੂਰਤ ਹੈ ਤੁਹਾਡੇ ਮੁਤਾਬਕ? ਮੈਂ ਜਿਸ ਤਰ੍ਹਾਂ ਸਮਝਦੀ ਹਾਂ ਕਿ ਪਹਿਲਾਂ ਮੈਂ ਤੁਹਾਨੂੰ ਕਿਹਾ ਵੀ ਹੈ ਕਿ ਸੋਨੀਆ ਜੀ ਨੇ ਆਪਣੀ ਆਰਗੇਨਾਈਜੇਸ਼ਨ 'ਚ 30% ਪ੍ਰਿੰਟ ਦਿੱਤਾ ਸੀਗਾ, ਤੇ ਇਵੇਂ ਜਿਵੇਂ ਹੁਣ ਜੇ ਪ੍ਰਿਯੰਕਾ ਜੀ ਨੇ ਸ਼ੁਰੂਆਤ ਕੀਤੀ, ਅੱਛੀ ਸ਼ੁਰੂਆਤ ਹੈ। ਜਿਸ ਤਰੀਕੇ ਦੇ ਨਾਲ ਇਸ ਵੇਲੇ ਸਿਆਸਤ ਚੱਲ ਰਹੀ ਹੈ ਯੂਪੀ ਦੇ ਵਿੱਚ, ਜਿਸ ਤਰੀਕੇ ਦੇ ਹਾਲਾਤ ਨੇ, ਤਾਂ ਇਸ ਫੈਸਲੇ ਦੇ ਨਾਲ ਕਾਂਗਰਸ ਪਾਰਟੀ ਨੂੰ ਫਾਇਦਾ ਪਹੁੰਚੇਗਾ? 40% ਸੀਟਾਂ ਬਹੁਤ ਵੱਡੀ ਸੀਟਾਂ, ਬਹੁਤ ਜ਼ਿਆਦਾ ਸੀਟਾਂ ਹੁੰਦੀਆਂ ਨੇ। ਮੈਂ ਤਾਂ ਸਮਝਦੀ ਹਾਂ ਕਿ ਸਾਨੂੰ 50% ਤੇ ਜਾਣ ਦੀ ਹੱਕਦਾਰ ਨੇ ਲੇਡੀ, 50% ਦੀ ਵਾਧੀ ਹੈ, 50% ਮੋਰ ਦੈਨ 50%। ਪਹਿਲੀ ਵਾਰ ਇੱਕ ਜਾਗਰਤੀ ਲੈ ਕੇ ਆਇਆ। ਬਾਬਾ ਨਾਨਕ ਦੇਵ ਜੀ ਨੇ ਵੀ ਸਾਰੀ ਔਰਤ ਜਾਤੀ ਵਾਸਤੇ ਬਹੁਤ ਕੁਛ ਕਿਹਾ ਹੈ। ਜੇ ਗਾਂਧੀ ਪਰਿਵਾਰ ਨੇ ਇਨੀਸ਼ੀਏਟਿਵ ਲਿਆ ਤਾਂ ਸਾਨੂੰ ਇਹਦਾ ਬਹੁਤ ਫਾਇਦਾ ਮਿਲਣਾ ਹੈ, ਤਾਂ ਰਿਜ਼ਲਟ ਦੇਖਣ ਵਿੱਚ ਬਹੁਤ ਵਧੀਆ ਰਿਜ਼ਲਟ ਦੇਣਗੇ ਸਰ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ। ਆਏ ਸਨ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਪਟਲ, ਜਿਨ੍ਹਾਂ ਨੇ ਕਿਹਾ ਕਿ ਇੱਕ ਬਹੁਤ ਹੀ ਦਲੇਰਨਾਮਾ ਜਿਹੜਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਉਹਨੇ ਜ਼ਿਕਰ ਕੀਤਾ ਇੰਦਰਾ ਗਾਂਧੀ, ਜਿਨ੍ਹਾਂ ਨੇ 1972 ਦੇ ਵਿੱਚ ਵੀ 25% ਜਿਹੜਾ ਸੀਗਾ ਉਹ ਸੀਟਾਂ ਜਿਹੜੀਆਂ ਸੀਗੀਆਂ ਉਹ ਔਰਤਾਂ ਨੂੰ ਦਿੱਤੀਆਂ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਤਿਹਾਸ ਨੂੰ ਦੁਹਰਾਉਂਦਿਆਂ ਉਹਨਾਂ ਦੀ ਹੁਣ ਅੱਜ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ 40% ਟਿਕਟਾਂ ਜਿਹੜੀਆਂ ਨੇ ਉਹ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇੱਕ ਇਤਿਹਾਸਿਕ ਕਦਮ ਹੈ ਔਰ ਇਸ ਦੇ ਜਿਹੜੇ ਸਕਾਰਾਤਮਕ ਨਤੀਜੇ ਨੇ ਉਹ ਭਵਿੱਖ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਣਗੇ। ਤਾਂ ਯੂਪੀ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਈਏ ਕਿ ਆਗਾਜ਼ ਜਿਹੜਾ ਹੈ ਉਹ ਬਿਗੁਲ ਵਜਾ ਦਿੱਤਾ ਇਲੈਕਸ਼ਨ ਦਾ। ਅੱਜ ਪ੍ਰਿਯੰਕਾ ਗਾਂਧੀ ਨੇ ਆਪਣੇ ਇਸ ਐਲਾਨ ਦੇ ਨਾਲ ਕਿ ਇੱਕ ਨਾਰਾ ਦਿੱਤਾ ਗਿਆ ਔਰਤਾਂ ਦੇ ਹੱਕ ਦੇ ਵਿੱਚ, ਬੇਟੀ ਹੂੰ ਲੜ ਸਕਤੀ ਹੂੰ, ਔਰ ਨਾਲ ਹੀ ਇੱਕ ਵੱਡਾ ਐਲਾਨ ਕੀਤਾ ਗਿਆ, ਕਿਤੇ ਨਾ ਕਿਤੇ ਆਗਾਜ਼ ਕਰ ਦਿੱਤਾ ਗਿਆ ਕਿ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ 40% ਜਿਹੜੀਆਂ ਸੀਟਾਂ ਨੇ ਉਹ ਔਰਤਾਂ ਨੂੰ ਦੇਵੇਗੀ। ਯਾਨੀ ਕਿ ਸਿੱਧੇ ਤੌਰ ਦੇ ਉੱਪਰ 150 ਤੋਂ 200 ਦੇ ਵਿਚਕਾਰ ਜਿਹੜੀਆਂ ਸੀਟਾਂ ਨੇ ਟੋਟਲ ਸੀਟਾਂ ਦੇ ਵਿੱਚੋਂ, ਉਸ ਦੇ ਉੱਪਰ ਔਰਤਾਂ ਨੂੰ ਚੋਣ ਲੜਾਏਗੀ ਕਾਂਗਰਸ ਪਾਰਟੀ ਯੂਪੀ ਦੇ ਵਿੱਚ। ਤਾਂ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ 2022 ਦੇ ਇਲੈਕਸ਼ਨ ਨੂੰ ਲੈ ਕੇ। ਪਰ ਦੂਸਰੇ ਪਾਸੇ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੈ, ਔਰ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਹਮਨੇ ਤੈਅ ਕੀਆ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੁਣਾਵ ਮੇਂ ਉੱਤਰ ਪ੍ਰਦੇਸ਼ ਮੇਂ ਕਾਂਗਰਸ ਪਾਰਟੀ 40% ਟਿਕਟ ਮਹਿਲਾਓਂ ਕੋ ਦੇਗੀ। हमारी प्रतिज्ञा है कि महिलाएं उत्तर प्रदेश की राजनीति में पूरी तरह से भागीदार होंगी। ये निर्णय उस लड़की प्रयागराज की एक लड़की पारो के लिए लिया गया है, जिसने मेरा हाथ पकड़ के मुझे कहा कि दीदी बड़ी होकर मैं नेता बनना चाहती हूँ। ये निर्णय उसके लिए है। ये निर्णय चंदौली में जो शहीद एयरफोर्स के पायलट हैं उनकी बहन वैष्णवी के लिए है, जिसने मुझे कहा कि उनके भाई शहीद हो गए हैं लेकिन वो पायलट बनना चाहती है। अगर देश को समता की राजनीति की ओर ले जाना है, भागीदारी की राजनीति की ओर ले जाना है, तो महिलाओं को आगे बढ़ना पड़ेगा, आपको खुद ये काम करना पड़ेगा। आगे बढ़िए, मैं आग्रह करती हूँ आपसे। हमने आवेदन पत्र मांगे हुए हैं हर विधानसभा के लिए। ये अगले महीने की 15 तारीख तक खुला रहेगा,
खास तौर से मेरी मैं जानना चाहती हूँ, जिस स्टेट में ऑलरेडी कांग्रेस की सरकार है, पंजाब हो, वहाँ पर तो चुनाव होने वाले, क्या यही फॉर्मूला वहाँ पे भी लागू करेंगी? देखिए उत्तर प्रदेश, मैं उत्तर प्रदेश की इंचार्ज हूँ यहाँ का, जैसे मैंने कहा हमने निर्णय लिया है। अब ये मिसाल बनेगा, अगर दूसरे भी इसको फॉलो करना चाहते हैं तो बहुत अच्छा रहेगा। आज हमारी यूपी दे विच उन्होंने प्रियंका गांधी ने कहा कि औरतों को अगे आना चाहिए, समाज में सुधारन देवे, जेकर कोई अहम भूमिका निभा सकता तो वह औरत। उन्होंने कहा कि हर एक जी औरत अज अपने आप में इकला महसूस कर रही है, और सारी औरतों के लिए यह फैसला लिया गया, और कितना ना कितने जोड़ा नारा लगाया गया लड़की हूँ लड़ सकती हूँ दे नारे दे हेठ जोड़ा है, कितना कितने अज बिगुल जोड़ा है वह यूपी दे विच प्रियंका गांधी ने बजा दिता। एक बार फिर तो करते साथ दमन थिंद बाजवा जोड़े कि कांग्रेसी आगू ने वो जुड़ चुके हैं। दमन जी स्वागत है न्यूज़ 18 पंजाब के उपर। तो जिस तरीके अज आगाज़ किया गया और 2022 के चोणों में लैके एक वड्डा बयान प्रियंका गांधी ने दिता कि 40% सीटा जिहड़ियां ने वह महिलावां नूं दित्तियां जाणगियां यूपी दे विच। जी 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 ए जी बिल्कुल बहुत ही एक लैंडमार्क डिसीजन है साडे लीडर वालों, और मैं बीइंग अ फीमेल और एक कांग्रेस पार्टी दी यंग कार्य होण ते मैं इस डिसीजन दा वेलकम करती हूँ। धन्यवाद सारी लीडरशिप ली, बिकॉज ये सिर्फ कांग्रेस पार्टी का नहीं है, आने वाली चोणों में डेमोक्रेसी वास्ते एक लैंडमार्क रहेगा। अब 50% की मांग करते थे, कांग्रेस पार्टी ने 40% वास्तविकता देन की गल की है, तो ये मैनू लगता है मेरे वर्गिया जिहड़िया आम घर दिया लड़कियां है जिहड़िया पॉलिटिक्स में अगे आना चाहनिया उन्हां वास्ते एक बहुत वड्डा कदम इस पार्टी ने चक्या है। मैं तो प्रोडक्ट है जी कांग्रेस पार्टी की सोच की, जिथे उन्होंने आम घर के और नौजवानों लड़कियों अगे आने का मौका दिता, लेवल प्ले फील्ड का देने का राजनीति में मौका दिता है। सो इट्स अ लैंडमार्क डिसीजन एंड वी वेलकम इट विद बोथ आर आर्म्स ओपन। बिल्कुल बाजवा जी, जिम्मे तू स्वागत किया इस फैसला पर, इतने सवाल यह भी आता कि इन्नी वड्डी गिणती दे विच सीटां दी वंड कितना कितने करना है, भी अपने आप दे विच एक वड्डी चुनौती होवे, क्योंकि 150 तो लैके 180 दे विच घर सीटां दित्तियां जाणगियां ने, और यूपी दे विच जेकर गल की जाए तो जिस तरीके नाल माहौल है तो की लगता कि इस डिसीजन दे नाल किन्ना क फर्क पवेगा? हैलो दमन जी, मेरी आवाज पहुँच रही तुहाडे तक? हैलो हाँ जी, हाँ जी मैं सुन रहा दमन जी, तुहानू मेरी आवाज आ रही है? तो किसी तकनीकी कारण करके साडा उन्हां राबता टुट गया है। तो फिलहाल दमन थिंद बाजवा के वालों भी जिहड़ा है वह स्वागत किया गया, उन्होंने कहा कि एक इतिहासिक फैसला और सिर्फ कांग्रेस पार्टी ही अजिहा कदम चक सकती है, और नाल ही उन्होंने जिक्र किया कि उन्हां दे वालों तो लगता है कि तो घट्टो घट 50% जिहड़ा है वह मौका जिहड़ा है वह इलैक्शन दे विच औरतों नूं मिलना चाहिए, पर फिर भी 40% जिहड़ा टिकटां वंड दी जिहड़ी गल की गई और उन्हूं ग्राउंड लैवल ते लिआंदा गया। तो इस दे लई उन्होंने कहा कि पार्टी हाईकमांड और प्रियंका गांधी का असीं धन्नवाद करदे हां। हमने तय किया है कि आने वाले विधानसभा चुनाव में उत्तर प्रदेश में कांग्रेस पार्टी 40% टिकट महिलाओं को देगी। हमारी प्रतिज्ञा है कि महिलाएं उत्तर प्रदेश की राजनीति में पूरी तरह से भागीदार होंगी। यह निर्णय उस लड़की प्रयागराज की एक लड़की पारो के लिए लिया गया है, जिसने मेरा हाथ पकड़ के मुझे कहा कि दीदी बड़ी होकर मैं नेता बनना चाहती हूँ। ये निर्णय उसके लिए है। ये निर्णय चंदौली में जो शहीद एयरफोर्स के पायलट हैं उनकी बहन वैष्णवी के लिए है, जिसने मुझे कहा कि उनके भाई शहीद हो गए हैं लेकिन वो पायलट बनना चाहती है। अगर देश को समता की राजनीति की ओर ले जाना है, भागीदारी की राजनीति की ओर ले जाना है, तो महिलाओं को आगे बढ़ना पड़ेगा, आपको खुद ये काम करना पड़ेगा, आगे बढ़िए। मैं आग्रह करती हूँ आपसे, हमने आवेदन पत्र मांगे हुए हैं हर विधानसभा के लिए, ये अगले महीने की 15 तारीख तक खुला रहेगा, खास तौर से मेरी बहनों के लिए। मैं जानना चाहती हूँ, जिस स्टेट में ऑलरेडी कांग्रेस की सरकार है, पंजाब हो, वहाँ पर तो चुनाव होने वाले, क्या यही फॉर्मूला वहाँ पे भी लागू करेंगी? देखिए उत्तर प्रदेश की इंचार्ज हूँ यहाँ का, जैसे मैंने कहा हमने निर्णय लिया है। अब ये मिसाल बनेगा, अगर दूसरे भी इसको फॉलो करना चाहते हैं तो बहुत अच्छा रहेगा।
ਤਾਂ ਪ੍ਰਿਯੰਕਾ ਗਾਂਧੀ ਨੇ ਸਾਫ਼ ਕੀਤਾ ਕਿ ਉਹ ਯੂਪੀ ਦੇ ਇੰਚਾਰਜ ਨੇ ਔਰ ਯੂਪੀ ਦੇ ਵਿੱਚ ਇਹ ਗੱਲ ਗਰਾਊਂਡ ਰਿਐਲਿਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਉਹਨਾਂ ਨੇ ਜ਼ਿਕਰ ਜਦੋਂ ਸਵਾਲ ਕੀਤਾ ਗਿਆ ਕਿ ਬਾਕੀ ਸੂਬਿਆਂ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੇ ਵਿੱਚ ਵੀ ਕੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਹੋਰ ਸਟੇਟਾਂ ਵੀ ਇਸ ਨੂੰ ਇਸ ਮਾਡਲ ਨੂੰ ਅਪਣਾਉਂਦੀਆਂ ਨੇ ਤਾਂ ਇਹ ਬਹੁਤ ਹੀ ਇੱਕ ਚੰਗੀ ਗੱਲ ਹੋਵੇਗੀ ਇੱਕ ਸਕਾਰਾਤਮਕ ਜਿਹੜੀ ਹੈ ਉਹ ਪਹਿਲ ਹੋਵੇਗੀ ਤਾਂ ਬਿਲਕੁਲ ਜਿਹੜਾ ਹੈ 2022 ਦੇ ਚੋਣਾਂ ਦਾ ਕਿਤਨਾ ਕਿਤੇ ਕਾਂਗਰਸ ਨੇ ਬਜਾਲ ਦਿੱਤਾ ਇਸ ਐਲਾਨ ਦੇ ਨਾਲ ਕਿ ਯੂਪੀ ਦੇ ਵਿੱਚ 40% ਜਿਹੜੀਆਂ ਸੀਟਾਂ ਨੇ ਟਿਕਟਾਂ ਨੇ ਉਹ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ।